48 ਸਾਲਾਂ ਦਾ ਇੰਤਜ਼ਾਰ ਹੋਇਆ ਖਤਮ ਜਰਮਨੀ ਨੂੰ ਪੰਜ ਚਾਰ ਨਾਲ ਹਰਾ ਕੇ ਭਾਰਤ ਨੇ ਹਾਕੀ ਚ ਜਿੱਤੇ ਅਤਗਮਾ ਭਾਰਤੀ ਹਾਕੀ ਟੀਮ ਨੇ ਜਰਮਨੀ ਨੂੰ 5-4 ਦੇ ਫਰਕ ਨਾਲ ਹਰਾ ਕੇ ਕਾਂਸੀ ਤਗਮਾ ਜਿੱਤਿਆ। ਭਾਰਤ ਨੇ 41 ਸਾਲਾਂ ਬਾਅਦ 올림픽 ਵਿੱਚ ਹਾਕੀ ਮੈਡਲ ਜਿੱਤਿਆ। ਇਸ ਤੋਂ ਪਹਿਲਾਂ 1980 ਮਾਸਕੋ 올림픽 ਵਿੱਚ ਵਾਸੂਦੇਵਨ ਪਾਸਕਰਨ ਦੀ ਕਪਤਾਨੀ ਵਿੱਚ ਭਾਰਤੀਆ ਹਾਕੀ ਟੀਮ ਨੇ ਸੋਨ ਤਗਮਾ ਜਿੱਤਿਆ ਸੀ। ਸਮੁੱਚੇ 올림픽 ਇਤਿਹਾਸ ਵਿੱਚ ਭਾਰਤ ਦਾ ਇਹ 12ਵਾਂ ਹਾਕੀ ਮੈਡਲ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਟਵਿੱਟਰ 'ਤੇ ਟਵੀਟ ਕਰਦੇ ਹੋਏ ਇਸ ਜਿੱਤ ਨੂੰ ਇਤਿਹਾਸਿਕ ਜਿੱਤ ਦੱਸਦਿਆਂ ਹੋਇਆ ਭਾਰਤੀਆ ਹਾਕੀ ਟੀਮ ਨੂੰ ਵਧਾਈ ਦਿੱਤੀ। ਭਾਰਤ ਲਈ ਸਿਮਰਨਜੀਤ ਸਿੰਘ ਨੇ 2 ਗੋਲ ਕੀਤੇ, ਹਰਮਨਪ੍ਰੀਤ ਸਿੰਘ, ਤੇ ਹਰਦੀਪ ਸਿੰਘ ਨੇ ਇੱਕ ਇੱਕ 골 ਕੀਤਾ ਤੇ ਇਸ ਮੈਚ ਵਿੱਚ ਟੀਮ ਦੀ ਜਿੱਤ ਵਿੱਚ ਅਹਿਮ ਭੂਮਿਕਾ ਨਿਭਾਈ ਮੈਚ ਦੇ ਸ਼ੁਰੂਆਤੀ 2 ਮਿੰਟਾਂ ਵਿੱਚ ਹੀ ਜਰਮਨੀ ਨੇ 골 ਕਰਕੇ ਭਾਰਤ ਉਤੇ 1-0 ਦੀ ਪਰਤ ਬਣਾ ਲਈ ਸੀ ਭਾਰਤ ਨੂੰ 5ਵੇਂ ਮਿੰਟ ਵਿੱਚ ਪੈਨਲਟੀ ਕਾਰਨਰ ਮਿਲਿਆ ਪਰ ਹਰਮਨਪ੍ਰੀਤ ਸਿੰਘ ਮੌਕੇ ਦਾ ਫਾਇਦਾ ਨਹੀਂ ਚੁੱਕ ਸਕੇ ਦੂਜੇ ਕੁਆਟਰ ਦੀ ਸ਼ੁਰੂਆਤ ਵਿੱਚ ਭਾਰਤ ਨੇ ਸ਼ਾਨਦਾਰ ਵਾਪਸੀ ਕੀਤੀ ਤੇ 17ਵੇਂ ਮਿੰਟ ਵਿੱਚ ਸਿਮਰਨਜੀਤ ਸਿੰਘ ਨੇ ਸ਼ਾਨਦਾਰ ਫੀਲਡ 골 ਕਰਦੇ ਹੋਏ ਇੱਕ ਇੱਕ ਨਾਲ ਮੈਚ ਨੂੰ ਬਰਾਬਰੀ ਤੇ ਲਿਆਂਦਾ ਇਸ ਤੋਂ ਬਾਅਦ ਜਰਮਨੀ ਨੇ ਭਾਰਤੀ ਰੱਖਿਆ ਤੇ ਦਬਾਅ ਬਣਾਉਣਾ ਸ਼ੁਰੂ ਕਰ ਦਿੱਤਾ ਅਤੇ 2 ਮਿੰਟ ਦੇ ਅੰਦਰ 2골 ਕਰਕੇ ਭਾਰਤ ਤੇ 1-3 ਦੀ ਬੜਤ ਬ ਹਰਦੀਖ ਸਿੰਘ ਨੇ ਇਸ ਮੈਚ ਵਿੱਚ ਭਾਰਤ ਨੂੰ ਵਾਪਸੀ ਕਰਾਈ ਤੇ 26ਵੇਂ ਮਿੰਟ ਵਿੱਚ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਬਦਲ ਕੇ ਸਕੋਰ 2-3 ਕਰ ਦਿੱਤਾ ਇਸ ਤੋਂ ਬਾਅਦ ਭਾਰਤ ਨੇ ਇੱਕ ਵਾਰ ਫਿਰ ਸ਼ਾਨਦਾਰ ਵਾਪਸੀ ਕੀਤੀ ਤੇ ਜਰਮਨੀ ਦੇ ਬਚਾਅ ਤੇ ਲਗਾਤਾਰ ਦਬਾਅ ਬਣਾਈ ਰੱਖਿਆ 28ਵੇਂ ਮਿੰਟ ਵਿੱਚ ਭਾਰਤ ਨੂੰ ਇੱਕ ਹੋਰ ਪੈਨਲਟੀ ਕਾਰਨਰ ਮਿਲਿਆ ਇਸ ਵਿੱਚ ਹਰਮਨਪ੍ਰੀਤ ਸਿੰਘ ਦੀ ਡਰੈਗ ਫਲਿਕ ਨੇ ਮੈਚ ਨੂੰ 3-3 ਦੇ ਸਕੋਰ ਨਾਲ ਬਰਾਬਰੀ ਤੇ ਲਿਆ ਦਿੱਤਾ ਤੀਜੇ ਕੁਆਰਟਰ ਵਿੱਚ ਭਾਰਤ ਨੇ ਮੈਚ ਉੱਤੇ ਪੂਰੀ ਤਰ੍ਹਾਂ ਹਾਵੀ ਹੋ ਕੇ ਜਰਮਨੀ ਉੱਤੇ ਬੜਤ ਬਣਾ ਲਈ ਭਾਰਤ ਨੇ ਇਸ ਕੁਆਰਟਰ ਵਿੱਚ ਦੋ ਗੋਲ ਕੀਤੇ ਰੁਪਿੰਦਰਪਾਲ ਸਿੰਘ ਨੇ 31ਵੇਂ ਮਿੰਟ ਵਿੱਚ ਭਾਰਤ ਲਈ ਚੌਥਾ ਗੋਲ ਕੀਤਾ ਰੁਪਿੰਦਰਪਾਲ ਸਿੰਘ ਨੇ ਪੈਨਲਟੀ ਸਟੋਕ ਤੇ ਇਹ ਗੋਲ ਕਰਕੇ ਟੀਮ ਨੂੰ 4-3 ਨਾਲ ਅੱਗੇ ਕਰ ਦਿੱਤਾ 3 ਮਿੰਟ ਬਾਅਦ 34ਵੇਂ ਮਿੰਟ ਵਿੱਚ ਸਿਮਰਨਜੀਤ ਸਿੰਘ ਨੇ ਸ਼ਾਨਦਾਰ ਫੀਲਡ ਗ ਇੱਕ ਕੁਆਟਰ ਦੀ ਸ਼ੁਰੂਆਤ ਵਿੱਚ ਜਰਮਨੀ ਨੇ ਆਪਣਾ ਚੌਥਾ ਗੋਲ ਪੈਨਲਟੀ ਕਾਰਨਰ ਨਾਲ ਕੀਤਾ ਅੰਤਿਮ ਕੁਆਟਰ ਵਿੱਚ ਭਾਰਤੀ ਟੀਮ 5-4 ਨਾਲ ਅੱਗੇ ਸੀ ਇਸ ਦੇ ਨਾਲ ਹੀ ਮੈਚ ਦੀ ਸਮਾਪਤੀ ਤੱਕ ਭਾਰਤ ਨੇ 5-4 ਨਾਲ ਜਰਮਨੀ ਨੂੰ ਹਰਾ ਕੇ ਕਾਂਸੀ ਤਗਮੇ ਦੇ ਉੱਤੇ ਆਪਣਾ ਕਬਜ਼ਾ ਕਰ ਲਿਆ ਬਿਊਰੋ ਰਿਪੋਰਟ ਚੜ੍ਹਦੀ ਕਲਾ ਟਾਈਮ ਟੀਵੀ